ਉਹਨਾਂ ਦਾ ਵੀ ਧੰਨਵਾਦ ਹੈ ਜੀ। ਲਓ ਕੁਸ਼ਤੀ ਦਾ ਹੁਣ ਆਨੰਦ ਮਾਣਿਓ, ਸ਼ੁਰੂ ਹੋਣ ਲੱਗੀ ਜੀ। ਲਓ ਸਾਹਮਣੇ ਕਹਿੰਦੇ ਕੁਸ਼ਤੀ ਨੂੰ ਪਹਿਲਾਂ 20 ਮਿੰਟ ਦਾ ਟਾਈਮ ਦਿੱਤਾ ਗਿਆ, ਕੋਈ ਤਾਂ ਨਹੀਂ ਮਾਰ ਲਈ ਹੋਣਾ ਕੁਸ਼ਤੀ ਦੇ ਲਈ। ਆਹ ਸਾਡਾ ਦੇ ਪੈਰਾਂ ਦੀ ਗੱਲ ਨੀਲੇ ਰੰਗ ਦੀ ਕੈਬ ਦੇ ਵਿੱਚ ਆ ਗਿਆ ਬਾਹਰ ਹੈ। ਆਹ ਦੂਸਰੇ ਪਾਸੇ ਕਸਮ ਦੀ ਲੋੜ ਨਹੀਂ, ਰਣ ਜੇ ਤੂੰ ਮੰਨ ਲੈ। ਆਹ ਸਾਹਮਣੇ ਕਹਿੰਦੇ ਦੋਨਾਂ ਮਨਾਂ ਦੇ ਦਰਮਿਆਨ ਵੱਡੀ ਇੱਕ ਜ਼ਿੰਮੇਵਾਰੀ ਹੋ ਚੁੱਕੀ। ਜੇ ਪ੍ਰਬੰਧ ਕਹਿੰਦਾ ਤਾਂ ਸਿੱਧੂ ਨੂੰ ਵਧੀਆ ਲੱਗਾ, ਇੱਕ ਵਾਰ ਤਾਲੀ ਨਾ ਮਿਲ ਦੇ ਰਿਹਾ। ਆਹ ਸਿਰੇ ਦੇ ਮਾਲਿਕ ਪਾਸੇ ਸਿਕੰਦਰ ਸ਼ੇਖ ਮਹਾਰਾਸ਼ਟਰ ਦੇ ਚੱਲ ਕੇ ਆਇਆ ਸਾਡਾ ਭਰਾ ਪ੍ਰੀਤ ਬਾਲਾ ਗਰੁੱਪ ਦੀ ਵਿਧਾਨ ਦੇ ਭਰਾ ਦੇ ਦਰਸ਼ਨ ਹੋਏ। ਔਰ ਦੂਸਰੇ ਪਾਸੇ ਜਿੱਥੇ ਪਹਿਲਵਾਨ ਦੀ ਮਾਂ ਪੁੱਤਰ ਦਾ ਚੰਡਾ ਹੋਇਆ ਪੱਠਾ ਸੁਣਲੇ ਅਜੇ ਆਮ ਜੀ ਦੇ ਦਰਮਿਆਨ ਬੜੇ ਟਾਪ ਦੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ। ਕਹਿੰਦੇ ਸਭ ਨਸ਼ਿਆਂ ਤੋਂ ਮਾਰੀ ਲੈਣੀ ਲੋੜ ਤੇ ਧੂਰੇ ਦੀ, ਜੱਟ ਬੂਟਾਂ ਦੇ ਘਰ ਨੇ ਪੱਗ ਤੇ ਪੱਗ ਕਦੂਰੇ ਦੀ, ਮਾਰੇ ਹੋਏ ਦੇ ਵਿਹੜੇ ਦੇ ਵਿੱਚ ਕਿੱਕਰ ਤੇ ਕਬੂਤਰ, ਹਰ ਚਲਮ ਚਿੱਟੇ ਦੇ ਪੱਟੇ ਆਉਂਦੇ ਨੀ ਕਦੇ ਸੂਤਰ, ਤਾਂ ਜਾਵੇ ਕੋਈ ਮੁਸ਼ਕਿਲ ਹੱਲ ਤਾਂ ਕੱਢਣਾ ਪੈਂਦਾ ਹੈ, ਹੋਏ ਜਾਵੇ ਕੋਈ ਫੇਰ ਤੇ ਘਾ ਤਾਂ ਮਿੱਤਰੋ ਵੱਢਣਾ ਪੈਂਦਾ ਹੈ। ਇਸ ਤਰ੍ਹਾਂ ਦੇ ਵੱਢੇ ਹੋਏ ਨੇ, ਚੰਡੇ ਹੋਏ ਨੇ, ਇਹਨਾਂ ਦੇ ਦਰਮਿਆਨ ਕਹਿੰਦਾ ਅੱਜ ਵੱਡੀ ਕੁਸ਼ਤੀ। ਪਹਿਲਾਂ 20 ਮਿੰਟ ਦਾ ਟਾਈਮ ਦਿੱਤਾ ਗਿਆ, ਦੁਨੀਆਂ ਦੇ ਮੰਨੇ ਪ੍ਰਮੰਨੇ ਮਾਲਾ ਹੈ, ਇੱਕ ਪਾਸੇ ਸਿਕੰਦਰ ਸ਼ੇਖ ਮਹਾਰਾਸ਼ਟਰ, ਦੂਸਰੇ ਪਾਸੇ ਅਜੇ ਵਾਨ ਦੇ ਦਰਮਿਆਨ ਬੜੇ ਟਾਪ ਦੀ ਕੁਸ਼ਤੀ ਚੱਲ ਰਹੀ ਹੈ। ਐਨ ਦੁਨੀਆਂ ਦੇ ਮਹਿੰਗੇ ਮੰਨਾਂ 'ਚ ਨਾਮ ਆਉਂਦਾ ਸਰਦਾਰ ਕਾਸਮ ਜੀ ਕੋਹਲਾ, ਖੇਡਾਂ ਖਿਡਾਰੀਆਂ ਦੇ ਨਾਮਾਂ 'ਤੇ ਵੱਡਾ ਮਾਣ ਕਰਦਾ। ਦੋਵੇਂ ਪਹਿਲਵਾਨ ਜੇ ਰਹੇ ਪੂਰਾ ਅੱਧੀ ਜੋਤੀ ਦਾ ਜੋਸ਼ ਲਾਣਗੇ। ਅਜੇ ਫਿਰ ਥੋੜ੍ਹੇ ਡਿਫੈਂਸ ਨੇ, ਕਿ ਵੱਡੇ ਮੰਨ ਨੇ, ਵੱਡਾ ਦੰਗਲ ਹੈ ਪੰਜਾਬ ਦਾ, ਬਹੁਤ ਅੱਛੇ ਪ੍ਰਬੰਧ, ਬਹੁਤ ਵਧੀਆ ਡੈਕੋਰੇਸ਼ਨ, ਬਹੁਤ ਵਧੀਆ ਅਰੇਂਜਮੈਂਟ, ਔਰ ਬਹੁਤ ਹੀ ਵਧੀਆ ਖਿਡਾਰੀਆਂ ਨੂੰ ਸੱਦਾ ਦਿੱਤਾ ਗਿਆ। ਔਰ ਵੱਡੇ ਪਹਿਲਵਾਨ ਜੋ ਸਿਕੰਦਰ ਸ਼ੇਖ ਪਹਿਲਵਾਨ ਹੈ, ਇਹ ਮਹਾਰਾਸ਼ਟਰ ਕੇਸਰੀ ਹੈ, ਜਿਹਨੇ ਭਾਰਤ ਕੇਸਰੀ, ਮਹਾਭਾਰਤ ਕੇਸਰੀ, ਇਹਨੇ ਮਹਾਰਾਸ਼ਟਰ ਕੇਸਰੀ, 12 ਕਰੋੜ ਦਾ ਇਨਾਮ ਇੱਥੇ ਮਿਲਦਾ ਜਿਹੜਾ ਮਹਾਰਾਸ਼ਟਰ ਕੇਸਰੀ ਬਣਦਾ। ਉੱਧਰ ਗੁਰਦੇਵ ਮਲਿਕ ਨੇ ਵੀ ਆਪਣੇ ਇਸ ਸਾਥੀਆਂ ਦੇ ਨਾਲ ਇਸ ਵੱਡੇ ਕੁਸ਼ਤੀ ਦੰਗਲ ਦੀ ਵੱਡੀ ਕੁਸ਼ਤੀ ਨੂੰ ਤੱਕ ਰਹੇ ਹੈ। ਬੀਬੀ ਸੁਖਵਿੰਦਰ ਕੌਰ ਦੀ ਮਾਨ, ਉਹ ਵੀ ਇਸ ਵੇਲੇ ਪਹਿਲਵਾਨ ਦੀ ਕੁਸ਼ਤੀ ਤੱਕ ਰਹੇ ਸਾਹਮਣੇ, ਦੋਵੇਂ ਪਹਿਲਵਾਨਾਂ ਦੇ ਵਿਚਕਾਰ ਕਾਂਟੇਦਾਰ ਤੱਕ